ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦਾ ਮਾਨ ਆ, ਉਹਨਾਂ ਨੇ ਮੇਰੇ 'ਤੇ ਭਰੋਸਾ ਜਿਤਾਇਆ ਔਰ ਮੈਂ ਲੁਧਿਆਣੇ ਦੀ ਸੇਵਾ ਜਿਹੜੀ ਆ ਉਹਨਾਂ ਦੇ ਭਰੋਸੇ ਦੇ ਮੁਤਲਕ ਔਰ ਦਿਨ ਰਾਤ ਇੱਕ ਕਰਕੇ ਔਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਲੁਧਿਆਣੇ ਦੀ ਸੇਵਾ ਕਰਨੀ ਹੈ। ਪਹਿਲਾ ਮੁੱਦਾ ਕੀ ਰਹੂਗਾ, ਪਹਿਲਾਂ ਜੇਕਰ ਐਮ ਪੀ ਬਣ ਜਾਂਦੇ ਹੋ ਤਾਂ ਲੁਧਿਆਣੇ ਵਾਸਤੇ ਸਭ ਤੋਂ ਪਹਿਲਾਂ ਕੰਮ ਕੀ ਰਹੂਗਾ? ਦੇਖੋ, ਲੁਧਿਆਣਾ ਇੱਕ ਹੱਬ ਆ, ਪੰਜਾਬ ਦਾ ਹੱਬ ਆ ਲੁਧਿਆਣਾ। ਕਾਫੀ ਸਮਿਆਂ ਤੋਂ, ਪਿਛਲੇ 10-15 ਸਾਲਾਂ ਤੋਂ ਲੁਧਿਆਣੇ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ। ਇਸ ਕਰਕੇ ਲੁਧਿਆਣੇ ਦਾ, ਅਗਰ ਲੁਧਿਆਣਾ ਖੁਸ਼ਹਾਲ ਹੁੰਦਾ ਤਾਂ ਪੰਜਾਬ ਖੁਸ਼ਹਾਲ ਹੁੰਦਾ। ਇਸ ਕਰਕੇ ਲੁਧਿਆਣੇ ਦਾ ਵਿਕਾਸ ਹੋਣਾ ਜ਼ਰੂਰੀ ਆ, ਇੰਡਸਟਰੀ ਜ਼ਰੂਰੀ ਆ, ਹਰ ਵਪਾਰੀ, ਕਿਉਂਕਿ ਲੁਧਿਆਣੇ ਦਾ ਵਪਾਰ ਜਿਹੜਾ ਵਾ ਉਹ ਸਾਰੇ ਪੰਜਾਬ ਨੂੰ ਚਲਾਉਂਦਾ ਔਰ ਪੂਰੇ ਇੰਡੀਆ 'ਚ ਵਪਾਰ ਚੱਲਦਾ ਲੁਧਿਆਣੇ ਤੋਂ। ਇਸ ਕਰਕੇ ਪਹਿਲ ਦੇ ਆਧਾਰ ਦੇ ਉੱਤੇ ਲੁਧਿਆਣੇ ਨੂੰ ਅੱਗੇ ਲੈ ਕੇ ਜਾਇਆ ਜਾਊਗਾ। ਰਵਨੀਤ ਸਿੰਘ ਬਿੱਟੂ ਹੈ ਸਾਹਮਣੇ, ਕੀ ਕਰੋਗੇ, ਕਿਸ ਤਰੀਕੇ ਨਾਲ ਲੋੜੋਗੇ? ਦੇਖੋ, ਰਵਨੀਤ ਸਿੰਘ ਬਿੱਟੂ ਨੂੰ 10 ਸਾਲ ਲੋਕ ਪਹਿਲਾਂ ਕਾਂਗਰਸ ਦੇ ਝੰਡੇ ਥੱਲੇ ਦੇਖ ਚੁੱਕੇ ਹੋਏ ਆ। 5.5 ਸਾਲ ਉਹਨੇ ਕਿਸੇ ਵੀ ਮੈਂਬਰ ਦਾ, ਕਿਸੇ ਪਾਰਟੀ ਦੇ ਵਰਕਰ ਦਾ ਫੋਨ ਨਹੀਂ ਚੱਕਿਆ। ਹੁਣ ਉਹਨੂੰ ਕਾਂਗਰਸੀਆਂ ਨੇ ਹੀ ਦਰਵਾਜ਼ੇ ਬੰਦ ਕਰਤੇ ਸੀ, ਉਹ ਭਾਜਪਾ ਦੇ ਫੁੱਲ 'ਤੇ ਜਾ ਬੈਠਾ ਜੀ। ਅਤੇ ਹੁਣ ਕੀ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਟਿਕਟ ਮਿਲ ਚੁੱਕੀ ਹੈ ਔਰ ਜਿੱਤ ਪੱਕੀ ਹੈ? ਦੇਖੋ, ਜਿੱਤ ਹਾਰ ਉਸ ਮਾਲਕ ਅਕਾਲ ਪੁਰਖ ਦੇ, ਬਾਲਾ ਜੀ ਮਹਾਰਾਜ ਦੇ, ਬਾਬਾ ਦੀਪ ਸਿੰਘ ਦੇ ਹੱਥ ਆ। ਆਪਣੇ ਵੱਲੋਂ ਮਿਹਨਤ ਕਰਨਾ, ਕਿਉਂਕਿ ਅੱਗੇ ਵੀ ਮਿਹਨਤ ਕੀਤੀ ਆ ਤਾਂ ਹੀ ਪਾਰਟੀ ਨੇ ਭਰੋਸਾ ਰੱਖਿਆ ਵਾ। ਔਰ ਲੁਧਿਆਣੇ ਦੇ ਲੋਕ ਜਾਣਦੇ ਆ ਵੀ ਮੈਂ ਜੋ ਕਹਿਣਾ ਉਹ ਕਰਕੇ ਦਿਖਾਉਣਾ। ਲੁਧਿਆਣੇ ਨੂੰ ਇੱਕ ਨੰਬਰ ਦਾ ਸ਼ਹਿਰ ਜਿਵੇਂ ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਸੀ, ਉਸੇ ਤਰ੍ਹਾਂ ਹੀ ਲੈ ਕੇ ਜਾਣਾ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦਾ ਮਾਨ ਆ, ਉਹਨਾਂ ਨੇ ਮੇਰੇ 'ਤੇ ਭਰੋਸਾ ਜਿਤਾਇਆ ਔਰ ਮੈਂ ਲੁਧਿਆਣੇ ਦੀ ਸੇਵਾ ਜਿਹੜੀ ਆ ਉਹਨਾਂ ਦੇ ਭਰੋਸੇ ਦੇ ਮੁਤਲਕ ਔਰ ਦਿਨ ਰਾਤ ਇੱਕ ਕਰਕੇ ਔਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਲੁਧਿਆਣੇ ਦੀ ਸੇਵਾ ਕਰਨੀ ਹੈ। ਪਹਿਲਾ ਮੁੱਦਾ ਕੀ ਰਹੂਗਾ, ਪਹਿਲਾਂ ਜੇਕਰ ਐਮ ਪੀ ਬਣ ਜਾਂਦੇ ਹੋ ਤਾਂ ਲੁਧਿਆਣੇ ਵਾਸਤੇ ਸਭ ਤੋਂ ਪਹਿਲਾਂ ਕੰਮ ਕੀ ਰਹੂਗਾ? ਦੇਖੋ, ਲੁਧਿਆਣਾ ਇੱਕ ਹੱਬ ਆ, ਪੰਜਾਬ ਦਾ ਹੱਬ ਆ ਲੁਧਿਆਣਾ। ਕਾਫੀ ਸਮਿਆਂ ਤੋਂ, ਪਿਛਲੇ 10-15 ਸਾਲਾਂ ਤੋਂ ਲੁਧਿਆਣੇ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ। ਇਸ ਕਰਕੇ ਲੁਧਿਆਣੇ ਦਾ, ਅਗਰ ਲੁਧਿਆਣਾ ਖੁਸ਼ਹਾਲ ਹੁੰਦਾ ਤਾਂ ਪੰਜਾਬ ਖੁਸ਼ਹਾਲ ਹੁੰਦਾ। ਇਸ ਕਰਕੇ ਲੁਧਿਆਣੇ ਦਾ ਵਿਕਾਸ ਹੋਣਾ ਜ਼ਰੂਰੀ ਆ, ਇੰਡਸਟਰੀ ਜ਼ਰੂਰੀ ਆ, ਹਰ ਵਪਾਰੀ, ਕਿਉਂਕਿ ਲੁਧਿਆਣੇ ਦਾ ਵਪਾਰ ਜਿਹੜਾ ਵਾ ਉਹ ਸਾਰੇ ਪੰਜਾਬ ਨੂੰ ਚਲਾਉਂਦਾ ਔਰ ਪੂਰੇ ਇੰਡੀਆ 'ਚ ਵਪਾਰ ਚੱਲਦਾ ਲੁਧਿਆਣੇ ਤੋਂ। ਇਸ ਕਰਕੇ ਪਹਿਲ ਦੇ ਆਧਾਰ ਦੇ ਉੱਤੇ ਲੁਧਿਆਣੇ ਨੂੰ ਅੱਗੇ ਲੈ ਕੇ ਜਾਇਆ ਜਾਊਗਾ। ਰਵਨੀਤ ਸਿੰਘ ਬਿੱਟੂ ਹੈ ਸਾਹਮਣੇ, ਕੀ ਕਰੋਗੇ, ਕਿਸ ਤਰੀਕੇ ਨਾਲ ਲੋੜੋਗੇ? ਦੇਖੋ, ਰਵਨੀਤ ਸਿੰਘ ਬਿੱਟੂ ਨੂੰ 10 ਸਾਲ ਲੋਕ ਪਹਿਲਾਂ ਕਾਂਗਰਸ ਦੇ ਝੰਡੇ ਥੱਲੇ ਦੇਖ ਚੁੱਕੇ ਹੋਏ ਆ। 4.5 ਸਾਲ ਉਹਨੇ ਕਿਸੇ ਵੀ ਮੈਂਬਰ ਦਾ, ਕਿਸੇ ਪਾਰਟੀ ਦੇ ਵਰਕਰ ਦਾ ਫੋਨ ਨਹੀਂ ਚੱਕਿਆ। ਹੁਣ ਉਹਨੂੰ ਕਾਂਗਰਸੀਆਂ ਨੇ ਹੀ ਦਰਵਾਜ਼ੇ ਬੰਦ ਕਰਤੇ ਸੀ, ਉਹ ਭਾਜਪਾ ਦੇ ਫੁੱਲ 'ਤੇ ਜਾ ਬੈਠਾ ਜੀ। ਅਤੇ ਹੁਣ ਕੀ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਟਿਕਟ ਮਿਲ ਚੁੱਕੀ ਹੈ ਔਰ ਜਿੱਤ ਪੱਕੀ ਹੈ? ਦੇਖੋ, ਜਿੱਤ ਹਾਰ ਉਸ ਮਾਲਕ ਅਕਾਲ ਪੁਰਖ ਦੇ, ਬਾਲਾ ਜੀ ਮਹਾਰਾਜ ਦੇ, ਬਾਬਾ ਦੀਪ ਸਿੰਘ ਦੇ ਹੱਥ ਆ। ਆਪਣੇ ਵੱਲੋਂ ਮਿਹਨਤ ਕਰਨਾ, ਕਿਉਂਕਿ ਅੱਗੇ ਵੀ ਮਿਹਨਤ ਕੀਤੀ ਆ ਤਾਂ ਹੀ ਪਾਰਟੀ ਨੇ ਭਰੋਸਾ ਰੱਖਿਆ ਵਾ। ਔਰ ਲੁਧਿਆਣੇ ਦੇ ਲੋਕ ਜਾਣਦੇ ਆ ਵੀ ਮੈਂ ਜੋ ਕਹਿਣਾ ਉਹ ਕਰਕੇ ਦਿਖਾਉਣਾ। ਲੁਧਿਆਣੇ ਨੂੰ ਇੱਕ ਨੰਬਰ ਦਾ ਸ਼ਹਿਰ ਜਿਵੇਂ ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਸੀ, ਉਸੇ ਤਰ੍ਹਾਂ ਹੀ ਲੈ ਕੇ ਜਾਣਾ।